ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਹੀ ਪੱਗ ਜਿੱਦੀ ਲੰਥ ਹੈਗੇ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੇਲ ਵਰਤੇ ਆ ਤੇ ਜਿਹੜਾ ਕਿ ਹੁਣ ਆਪਾਂ ਨੇ ਪਹਿਲਾ ਲੜ ਲਾਉਣਾ ਲੜ ਨੂੰ ਸਿੱਧਾ ਸੈਂਟਰ ਚੋਂ ਲਿਆ ਕੇ ਪੁਣੀ ਦਾ ਖੁੱਲਦਾ ਆਪਸਾ ਥੇ ਰੱਖ ਕੇ ਤੇ ਪੰਦ ਪਾਸਾ ਹੋ ਤੇ ਆਸ ਕਿ ਇਸ ਲੜ ਨੂੰ ਇੱਕ ਗਰ ਫੋਲਡ ਕਰਕੇ ਇਸ ਦੇ ਵਿੱਚ ਹਲਕਾ ਜਿਹੜਾ ਆਪਾਂ ਵਾਸ਼ ਫੇਰ ਕੇ ਇਸ ਲੜ ਨੂੰ ਜਿਹੜਾ ਹਲਕਾ ਮੋਟਾ ਕਰ ਲੈਣਾ ਮੋਟਾ ਕਰਨ ਤਾਂ ਆਪਾਂ ਇਹ ਦੋ ਤੇ ਹੱਥ ਫੇਰ ਕੇ ਆਪਾਂ ਬੈਗ ਤੱਕ ਖਲਾਫ ਕਰ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਤੇ ਜਿਹੜਾ ਗੋਣਾ ਆਪਾਂ ਇਹ ਦੂਸਰਾ ਲੜ ਲਗਾਉਣਾ ਉਸ ਲੜ ਨੂੰ ਵੀ ਪੂਨੇ ਦਾ ਖੁੱਲਦਾ ਆਪਾਂ ਸੱਥਲੇ ਰੱਖ ਕੇ ਤੇ ਬੰਦ ਪਾਸੇ ਉਤੇ ਰੱਖ ਕੇ ਇੱਕ ਗੈਰ ਲੜ ਨੂੰ ਬੈਗ ਤੋਂ ਪਿੰਚ ਕਰਕੇ ਪਹਿਲਾਂ ਆਪਾਂ ਇਹ ਗਰ ਫੋਲਡ ਕਰਕੇ ਫਿਰ ਤੇ ਗੈਸ ਇਸ ਲੜ ਨੂੰ ਆਪਾਂ ਡਬਲ ਫੋਲਡ ਕਰ ਦੇਣਾ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਜਿਹੜਾ ਬਾਅਸ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਉਹ ਕਰ ਲੈਣੀ ਚੰਗੀ ਤਰ੍ਹਾਂ ਆਪਾਂ ਇਸ ਲੜ ਦੇ ਵਿੱਚ ਜਿਹੜਾ ਆਪਾਂ ਬੈ ਫਿਰ ਕਿਸ ਲੜ ਦੀ ਜਿਹੜੀ ਬੈਕ ਤੱਕ ਚੰਗੀ ਤਰ੍ਹਾਂ ਜਿਹੜੀ ਸਫਾਈ ਹੋ ਕਰਨੀ ਬੈਕ ਤੱਕ ਸਾਫ ਕਰਨ ਤੋਂ ਆਹੜਾ ਪਛੜ ਨੂੰ ਵੀੜਾ ਲਗਾ ਦਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਨੇ ਤੀਸਰਾ ਲੜ ਲਗਾਉਣਾ ਤੀਸਰਾ ਲੜ ਵੀ ਉਸੇ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਬੈਕ ਤੇ ਗਰ ਲੜ ਨੂੰ ਪਿੰਚ ਕਰਕੇ ਪੂਣੀ ਦਾ ਖੋਲਦਾ ਆਪਾਂ ਸਤਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਇੱਕ ਗਰ ਪਹਿਲਾਂ ਆਪਾਂ ਇਸ ਲੜ ਨੂੰ ਫੋਲਡ ਕਰਕੇ ਫਿਰ ਤੋਂ ਇੱਕ ਗੱਡਾ ਹੋਰ ਫੋਲਡ ਕਰਕੇ ਆਪਾਂ ਇਸ ਨੂੰ ਬੈਕ ਤੱਕ ਸਾਫ ਕਰਕੇ ਲਗਾ ਦਵਾਂਗੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਸ਼ਵੀਰ ਕਿਸ਼ੜੜ ਦੀ ਜਿਹੜੀ ਬੈਕ ਟੱਚਿੰਗ ਕੀਤੀ ਨੇ ਜਿਹੜੀ ਸਵੈਯੋ ਕਰ ਲੈਣੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਨਾਲ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਉਸ ਲੜ ਨੂੰ ਵੀ ਬੈਕ ਤੇ ਗਰਪਿੰਚ ਕਰਕੇ ਪੂਣਾ ਦਾ ਖੋਲਦਾ ਪਾਸਾ ਥੱਲੇ ਰੱਖ ਲੈਣਾ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਲੈਣਾ ਇਸ ਲੜ ਨੂੰ ਆਪਾਂ ਨੇ ਇੱਕ ਤਾਂ ਖੋਲ ਕੇ ਆਪਾਂ ਨੇ ਨੱਕ ਦੀ ਛੇ ਦੇ ਵਿੱਚ ਰੱਖ ਕੇ ਇੱਕ ਗਰ ਫੋਲਡ ਕਰਕੇ ਆਪਾਂ ਨੂੰ ਉਤੋਂ ਚੰਗੀ ਤਰ੍ਹਾਂ ਬੈਗ ਤੱਕ ਕਿਹੜਾ ਆਪਾਂ ਹਿਲਾ ਲੜ ਨੂੰ ਜਿਹੜਾ ਫੋਲਡ ਕਰ ਲੈਣਾ ਤੇ ਫਿਰ ਤੇ ਅਗਰ ਆਪਾਂ ਨੇ ਡਬਲ ਫੋਲਡ ਕਰਕੇ ਜਿਹੜਾ ਆਪਾਂ ਹਿਲਕਾ ਫਿਰ ਤੋਂ ਤੋਂ ਫੋਲਡ ਕਰ ਲੈਣਾ ਉਤੋਂ ਫੋਲਡ ਕਰਨ ਤੋਂ ਬਾਅਦ ਆਪਾਂ ਬੈਗ ਤੱਕ ਇਸ ਲੜ ਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਵਿੜਾ ਲਗਾ ਦੇਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਵਿੜਾ ਬਾਸ਼ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਉਹ ਕਰ ਲੈਣੀ ਤੇ ਆਪਾਂ ਨੇ ਸਾਰੇ ਲੜਨ ਦਾ ਜਿਹੜਾ فاਸਲਾ ਉਹ ਆਪਾਂ ਨਹੀਂ ਸੀਮ ਰੱਖਣਾ ਕਿਸੇ ਲੜਦਾ ਜਿਹੜਾ فاਸਲਾ ਉਹ ਆਪਾਂ ਵੱਧ ਘੱਟ ਨਹੀਂ ਰੱਖਣਾ ਤੇ ਹੁਣ ਜਿਹੜਾ ਕਿ ਆਪਾਂ ਨੇ ਪੰਜਵਾਂ ਲੜ ਲਾਉਣਾ ਪੰਜਵਾਂ ਲੜ ਨੂੰ ਬੈਕ ਟੋਗ ਕਰ ਪਿੰਚ ਕਰ ਲੈਣਾ ਪਿੰਚ ਕਰਨ ਤੋਂ ਬਾਅਦ ਪੁਨੋ ਦਾ ਖੁੱਲਦਾ ਪਾਸਾ ਥੱਲੇ ਰੱਖ ਲੈਣਾ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਇਹਨਾਂ ਗਰ ਫੋਲਡ ਕਰਕੇ ਨੱਕ ਦੀ ਛੇ ਦੇ ਵਿੱਚੋਂ ਫਿਰ ਤੇ ਗਾ ਡਬਲ ਫੋਲਡ ਕਰ ਦੇਣਾ ਡਵਲ ਫੋੜਾ ਕੰਤਵਾਦ ਉਤੋ ਚੰਗੀ ਤਰ੍ਹਾਂ ਇਸ ਲੜਨ ਨੂੰ ਫੋਲਡ ਕਰਕੇ ਬੈਗ ਤੱਕ ਜਿਹੜਾ ਸਾਫ਼ ਕਰਕੇ ਆਪਾਂ ਇਸ ਲੜਨ ਨੂੰ ਵੀੜਾ ਲਗਾ ਦਵਾਂਗੇ ਤੇ ਹੁਣ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕਿ ਇਸ ਲੜ ਦੀ ਜਿਹੜੀ ਸਫਾਈ ਹੋ ਕਰ ਲੈਣੀ ਚੰਗੀ ਤਰ੍ਹਾਂ ਬੈਗ ਤੱਕ ਪ੍ਰੋਪਰ ਜਿਹੜੀ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਸਫਾਈ ਹੋ ਕਰ ਲੈਣੀ ਤੇ ਤੁਸੀਂ ਉਤਲੇ ਪੇਚਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕਿ ਉਤਲੇ ਪੇਚਾਂ ਦੀ ਵੀ ਜਿਹੜੀ ਸਫਾਈ ਉਹ ਚੰਗੀ ਤਰ੍ਹਾਂ ਕਰ ਲੈਣੀ ਉਤਲੇ ਪੇਚਾਂ ਦੀ ਸਫਾਈ ਕਰਨ ਦੇ ਲਈ ਆਪਾਂ ਡਬਲ ਸੀ ਸ਼ੇੜਾ ਆਪਾਂ ਵਰਤ ਸਕਦੇ ਹਾਂ ਤੇ ਹੁਣ ਜਿਹੜਾ ਕਿ ਆਪਾਂ ਨੇ ਛੇਵੇਂ ਲੜ ਲਗਾਉਣਾ ਛੇਵੇਂ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁਲਦਾ ਪਸਤਾ ਥੱਲੇ ਰੱਖ ਕੇ ਤੇ ਬੰਦ ਪਸਾ ਉੱਤੇ ਰੱਖ ਕੇ ਤੇ ਉਸ ਲੜ ਨੂੰ ਅੱਖ ਦਾ ਖੋਲ ਕੇ ਆਪਾਂ ਨੇ ਜਿਹੜਾ ਉਸ ਦਾ ਬਾਧੂ ਕਪੜਾ ਹੋਊਗਾ ਆਪਾਂ ਇਹਨਾਂ ਨੂੰ ਫੋਲਡ ਕਰ ਦੇਣਾ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਉੱਤੋਂ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਲੜ ਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਨਕੀ ਇਸੇ ਦੇ ਵਿਚਰਾ ਕੇ ਇਸ ਲੜ ਨੂੰ ਵੀ ਅਗਰ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਇਸ ਲੜ ਨੂੰ ਡਬਲ ਫੋਲਡ ਕਰਕੇ ਇਸ ਦੇ ਉੱਤੇ ਆਪਾਂ ਨੇ ਹੱਥ ਫੇਰ ਕੇ ਇਸ ਲੜ ਨੂੰ ਵੀ ਜਿਹੜਾ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਾਫਾ ਕਰਕੇ ਆਪਾਂ ਚੰਗੀ ਤਰ੍ਹਾਂ ਇਸ ਲੜ ਨੂੰ ਬੈਕ ਤੱਕ ਸਾਫ ਕਰ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਵਾਂਗੇ ਤੇ ਹੁਣ ਆਪਾਂ ਜਿਹੜਾ ਸਿੰਮਰ ਲਗਾ ਇਸ ਹੁਦੇ ਵਿੱਚ ਵੀ ਜਿਹੜਾ ਹਲਕਾ ਜਿਹਾ ਆਪਾਂ ਨੇ ਬਾਅਦ ਫੇਰ ਲੈਣਾ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਤੇ ਜਿਹੜਾ ਹੁਣ ਆਪਾਂ ਨੇ ਪੱਗ ਪੈਨ ਲਗਾਉਣਾ ਪੱਗ ਪੈਨ ਨੂੰ ਆਪਾਂ ਜਿੱਥੇ ਸ਼ਿਮਰਲ ਫੋਲਡ ਕੀਤਾ ਸੀ ਮੋੜਿਆ ਸੀਗਾ ਆਪਾਂ ਨੇ ਉੱਥੇ ਜਿਹੜਾ ਸ਼ਿਮਰਲ ਦੇ ਉੱਥੇ ਪੱਗ ਪੈਨ ਲਗਾ ਕੇ ਤੇ ਕਰਦੀ ਲੜਦੀ ਜਿਹੜੀ ਪੂਣੀ ਨੂੰ ਖੋਲ ਕੇ ਲੜ ਨੂੰ ਵੈਕ ਤੇ ਗਰਭ ਵਿੱਚ ਕਰਕੇ ਉਸ ਦਾ ਉਤਲੇ ਭਲੇ ਨੂੰ ਥੱਲੇ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਥੱਲੇ ਭਲੇ ਨੂੰ ਉੱਤੇ ਨੂੰ ਫੋਲਡ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਸਾਫ਼ ਕਰਕੇ ਲਗਾਵਾਂਗੇ ਘਿਲਾਣਾ ਨੂੰ ਆਪਾਂ ਇਹ ਹਲਕਾ ਚੱਕ ਕੇ ਇਸ ਦੇ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਥੋੜੇ ਜੰਦਰ ਨੂੰ ਫੋਲਡ ਕਰ ਦੇਣੇ ਹਨ ਤੇ ਆਪਾਂ ਉਸਦੇ ਕਾਲਕੀ ਲੜ ਦੇ ਉੱਤੇ ਜਿਹੜਾ ਆਪਣਾ ਪੇਜ ਹੋਊਗਾ ਉਸ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਉਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਨੇ ਕੱਢ ਦੇਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਇਸ ਲੜ ਨੂੰ ਬੈਕ ਤੱਕ ਜਿਹੜਾ ਸਾਰਾ ਸਾਫ਼ ਕਰ ਲੈਣਾ ਸਾਫ ਕਰਨ ਤੋਂ ਬਾਅਦ ਆਪਾਂ ਇਹ ਫਿਰ ਪੱਗ ਪੈਂਦੇ ਲੜ ਨੂੰ ਥੱਲੇ ਚ ਲਿਆਉਣਾ ਥੱਲੇ ਚ ਲਿਆਉਣ ਤੋਂ ਬਾਅਦ ਆਪਾਂ ਇਹ ਲੜ ਨੂੰ ਸੱਜੇ ਪਾਸੇ ਹਲਕਾ ਘੁਮਾ ਕੇ ਹਲਕਾ ਜਿਹੜਾ ਇਹ ਲੜ ਨੂੰ ਸ਼ੇਪ ਦੇ ਕੋਲ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਸ਼ੇਮੇ ਲੜ ਦੇ ਥੱਲੇ ਦੱਬ ਦੇਣਾ ਜੇਕਰ ਤੁਹਾਡਾ ਲੜ ਫਿਰ ਤੋਂ ਢਿੱਲਾ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਢਿੱਲਾ ਨਹੀਂ ਰਹੇਗਾ ਹੁਣ ਆਪਾਂ ਚੰਗੀ ਤਰ੍ਹਾਂ ਇਸ ਲੜ ਨੂੰ ਬੈਕ ਤੇ ਫਰੰਟ ਤੇ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜਾ ਪ੍ਰੋਪਰ ਦੱਬ ਦੇਣਾ ਕਾਗਿਲੜ ਨੂੰ ਵੀੜਾ ਪਾਣੇ ਚੰਗੀ ਤਰ੍ਹਾਂ ਸਾਰਾ ਜਿਹੜਾ ਸੈੱਟ ਕਰ ਕੇ ਜਿਹੜਾ ਆਪਣੇ ਲਗਾਉਣਾ ਸੈੱਟ ਕਰ ਲੈਣਾ ਤੇ ਜਿਹੜੀ ਆਪਣੀ ਸ਼ੇਪ ਉਹ ਵੀ ਕੀ ਜਿਹੜੀ ਕਿ ਆਪਾਂ ਜਿਹੜੀ ਸੈਟਾ ਕਰ ਲੈਣੀ ਤੋਣ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਹਲਕਾ ਹਲਕਾ ਜਿਹੜਾ ਬਾਜਾ ਫੇਰ ਲੈਣਾ ਉਹਦੇ ਕਰਕੇ ਜਿਹੜੀ ਆਪਣੀ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਸਾਰੇ ਜਿਹੜੇ ਚੰਗੀ ਤਰ੍ਹਾਂ ਪਰ ਆਪਾਂ ਨਿਕਲ ਜਾਵਣਗੇ ਤੁਦਨੇ ਪੇਚਾਂ ਦੇ ਵਿੱਚ ਵੀ ਜਿਹੜਾ ਆਪਣੀ ਬਾਅਦ ਫੇਰ ਕੇ ਉਤਲੇ ਪੇਚਾਂ ਦੀ ਵੀੜੀ ਸਫਾਈ ਉਹ ਕਰ ਲੈਣੀ ਤੇ ਜਿਹੜਾ ਕਿ ਆਪਾਂ ਇਹ ਸਿਰ ਢਗਣਾ ਜਿਹੜਾ ਸਿਰ ਦੇ ਸੈਂਟਰ ਚ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਜਿਹੜਾ ਆਪਾਂ ਨਿਕਲ ਲੈਣਾ ਛੇੜਦੇ ਉੱਤੇ ਖਿਲਾਰਨ ਤੋਂ ਬਾਅਦ ਆਪਾਂ ਨੇ ਜਿਹੜਾ ਨੇ ਥੱਲੇ ਚੰਗੀ ਤਰ੍ਹਾਂ ਇਸ ਕੱਪੜੇ ਨੂੰ ਜਿਹੜਾ ਆਪਾਂ ਨੇ ਦੱਬ ਦੇਣਾ ਤੇ ਫਿਰ ਜਿਹੜਾ ਆਪਣਾ ਮੂੰਹ ਵਾਲਾ ਲਾਲਸੀ ਉਸ ਨੂੰ ਖਿੱਚ ਕੇ ਆਪਣਾ ਜਿਹੜਾ ਸਿਰ ਹੋਊਗਾ ਚੰਗੀ ਤਰ੍ਹਾਂ ਆਪਾਂ ਟਾ ਟਾ ਜਿਹੜਾ ਕਰ ਲੈਣਾ ਜੇਕਰ ਤੁਹਾਡਾ ਸਿਰ ਫਿਰ ਤੋਂ ਵੀ ਮਾੜਾ ਛੋੜੀ ਥੋੜਾ ਜਿਹਾ ਨੰਗਾ ਰਹਿ ਜਾਂਦਾ ਹੈ ਕਿਤੇ ਵੀ ਤੁਸੀਂ ਉਸ ਨੂੰ ਡਬਲ ਸਿਸ਼ੇ ਨਾਲ ਦੇਖ ਕੇ ਜਿਹੜਾ ਸਿਰ ਆਪਣਾ ਚੰਗੀ ਤਰ੍ਹਾਂ ਟਕ ਸਕਦੇ ਹੋ ਤੇ ਜਿਹੜਾ ਕਿ ਹੁਣ ਆਪਾਂ ਨੇ ਪਿਛਲੇ ਲੜ ਲਾਣਾ ਪਿਛਲੇ ਲੜ ਨੂੰ ਦੋਨਾਂ ਸਾਈਡਾਂ ਦਾ ਫੋਲਡ ਕਰਕੇ ਆਪਾਂ ਜਿਹੜਾ ਉਸ ਨੂੰ ਬੈਕ ਤੇ ਹੀ ਦਬ ਦਵਾਂਗੇ ਤੇ ਹੁਣ ਜਿਹੜੀ ਆਪਣੀ ਪਾਗੋਆ ਕੰਪਲੀਟ ਹੋ ਚੁੱਕੀ ਹੈ ਜਿਹੜੀ ਹੁਣ ਆਪਣੇ ਲੜਾਂ ਦੇ ਵਿੱਚ ਹਲਕਾ ਹਲਕਾ ਜਿਹੜਾ ਬਾਅਦ ਫੇਰ ਕੇ ਉਹਨਾਂ ਦੀ ਜਿਹੜੀ ਸਫਾਈ ਹੋ ਕਰ ਦੇਣੀ ਤੁਦਲੇ ਪੇਜਾਂ ਦੇ ਵਿੱਚ ਵੀ ਜਿਹੜਾ ਕੀ ਚੰਗੀ ਤਰ੍ਹਾਂ ਆਪਾਂ ਨੇ ਬਾਅਦ ਫੇਰ ਕੇ ਸਾਰੇ ਲੜਾਂ ਦੇ ਵਿੱਚ ਉਸਨੂੰ ਸਾਰੇ ਉਤਲੇ ਲੜਾਂ ਨੂੰ ਵੀ ਜਿਹੜਾ ਆਪਾਂ ਨੇ ਸਾਫ਼ ਕਰ ਲੈਣਾ ਤੇੜੇ ਆਪਾਂ ਨੇ ਫਰੰਟ ਵਾਲੇ ਪੇਜ ਨੇ ਉਹ ਵੀ ਜਿਹੜੇ ਆਪਾਂ ਨੇ 3D ਕਰ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਪੇਜ ਜਿਹੜੇ 3D ਕਰ ਲੈਣੇ ਹਨ ਜੇ ਤੁਹਾਡੇ ਵਿੱਚ ਵੀ 3D ਨਹੀਂ ਹੁੰਦੇ ਤੁਸੀਂ ਹੱਥਾਂ ਨੂੰ ਜਾਂ ਫਿਰ ਪੱਗ ਨੂੰ ਹਲਕਾ ਜਾਂ ਉਂਗਲਾਂ ਨੂੰ ਪਾਣੀ ਲਾ ਕੇ ਤੁਸੀਂ ਜਿਹੜੇ ਪੇਜ ਨੇ ਉਹ 3D ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਬਾਏ